ਪੰਜਾਬ ਸਰਕਾਰ ਵੱਲੋਂ ਅੱਜ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਗਿਆ ਪੰਜਾਬ ਨੂੰ 117 ਤੋਂ ਵੱਧ ਨਵੇਂ ਸਕੂਲ ਮਿਲਣ ਜਾ ਰਹੇ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤਰੀਕੇ ਦੀਆਂ ਸਹੂਤਾਵਾਂ ਹੋਣਗੀਆਂ ਇਸ ਵਕਤ ਮੇਰੇ ਨਾਲ ਕੁਲਜੀਤ ਸਿੰਘ ਰੰਦਾਵਾ ਜੀ ਨੇ ਰੰਦਾਵਾ ਸਾਹਿਬ ਨਵੇਂ ਤਰੀਕੇ ਦੇ ਸਕੂਲ ਨਵੀਂ ਸਰਕਾਰ ਦੇ ਵਿੱਚ ਮਿਲਣ ਜਾ ਰਹੇ ਨੇ ਪਹਿਲਾਂ ਤਾਂ ਕਿਵੇਂ ਦੇਖ ਰਹੇ ਹੋ ਸਰਕਾਰ ਦੇ ਇਸ ਫੈਸਲੇ ਨੂੰ ਦੇਖੋ ਜੀ ਅੱਜ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਔਰ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨੇ ਔਰ ਸਾਰੇ ਡਿਪਾਰਟਮੈਂਟ ਨੇ ਜਿਹੜਾ 117 ਸਕੂਲਾਂ ਵਾਸਤੇ ਇੱਕ ਇਹ ਜਿਹੜਾ ਅੱਜ ਟਰਾਇਲ ਸ਼ੁਰੂ ਕੀਤਾ ਇਹ ਸਾਰੇ ਭਾਰਤ ਦੇ ਲੋਕ ਕੇ ਨਮੂਨੇ ਦੇ ਸਕੂਲ ਦੇਖਣਗੇ ਔਰ ਇਹ ਜਿਹੜੇ ਬਾਹਰ ਸਾਡੇ ਟੀਚਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਜਿਹੜੇ ਬਾਹਰ ਜਾ ਕੇ ਇਹ ਬਹੁਤ ਕੁਝ ਨਵੀਂ ਸੋਚ ਦੀ ਨਵੀਂ ਚੀਜ਼ਾਂ ਲੈ ਕੇ ਸਿੱਖੇ ਆਉਣਗੇ ਔਰ ਪੰਜਾਬ ਦੇ ਲੋਕਾਂ ਨੂੰ ਜਿੱਥੇ ਕਿ ਪੰਜਾਬ ਵਰਲਡ ਵਾਈਜ਼ ਜਾਣਿਆ ਜਾਂਦਾ ਦੁਨੀਆ ਤੋਂ ਪੰਜਾਬ ਸਭ ਤੋਂ ਮੈਂ ਤਾਂ ਕਹਾਂਗਾ ਕਿ ਅੱਜ ਬਰੇਨੀ ਜਿਹੜੇ ਦਿਮਾਗੀ ਬੱਚੇ ਸਭ ਤੋਂ ਵੱਧ ਪੰਜਾਬ ਦੇ ਪ੍ਰੋਡਕਟ ਹੈ ਪੰਜਾਬ ਦੀ ਅਭੂਆ ਪੰਜਾਬ ਦਾ ਪਾਉਣ ਪਾਣੀ ਪੰਜਾਬ ਦਾ ਜਿਹੜਾ ਕਲਾਈਮੇਟ ਐਸਾ ਹੈ ਕਿ ਹਰ ਇੱਕ ਪੱਖੋਂ ਬੱਚੇ ਸਾਡੇ ਪਰਹੂ ਰਹਿ ਗਿਆ ਨਾਵਾ ਸਾਹਿਬ ਗੱਲ ਕਰ ਲਈ ਹਾਲੇ ਤੱਕ ਕੱਲਾ ਨੀਂ ਪੱਥਰੀ ਰੱਖਿਆ ਸੀ ਸਕੂਲ ਆਫ ਐਮਿਨੈਂਸ ਦਾ ਭਾਜਪੀ ਨੇ ਸਵਾਲ ਚੁੱਕਨੇ ਸ਼ੁਰੂ ਕਰਤੇ ਕਹਿੰਦੇ ਜੀ ਨਾ ਤਾਂ ਤੁਹਾਡੇ ਸਕੂਲਾਂ ਚ ਟੀਚਰ ਪੂਰੇ ਐ ਨਾ ਕਾਲਜਾਂ ਚ ਪ੍ਰੋਫੈਸਰ ਪੂਰੇ ਐ ਤੇ ਗੱਲਾਂ ਤੁਸੀਂ ਕਰ ਰਹੇ ਹੋ ਸਕੂਲ ਆਫ ਐਮਿਨੈਂਸ ਦੀਆਂ ਔਰ ਦੂਜੇ ਪਾਸੇ ਕਹਿੰਦੇ ਪਲੱਸ 2 ਤੋਂ ਬਾਅਦ ਤਿੰਨ ਹੀ ਰਾਸਤੇ ਬਾਦੇ ਵੀ ਜਾਂ ਤਾਂ ਜਵਾਕ ਕਹਿੰਦੇ ਆਇਲਸ ਕਰਕੇ ਬਾਹਰ ਚਲਾ ਜਾਵੇ ਤੇ ਜਾਂ ਜਵਾਕ ਨਸ਼ੇ 'ਚ ਪੈ ਦੇ ਜਾਂ ਜਵਾਕ ਪੜ੍ਹਾਈ ਛੱਡ ਦੇ ਦੇਖੋ ਇਹ ਵਿਚਾਰੇ ਹੁਣ ਜਿਵੇਂ ਭਾਜਪੀ ਵਾਲੇ ਗੱਲਾਂ ਕਰਦੇ ਨੇ ਇਹਦੀ ਸਰਕਾਰ ਕਿਹੜਾ ਅਕਾਲੀ ਦਲ ਦੇ ਨਾਲ ਭਾਈਵਾਲ ਸਰਕਾਰ ਰਹੀ ਐ ਪੰਜਾਬ ਚ ਯਾਰ ਤੁਸੀਂ ਹਲੀ ਤਾਂ ਸਰਕਾਰ ਤੋਂ ਲੰਬੇ ਹੋਇਆ ਤੁਹਾਨੂੰ ਇੱਕ ਸਾਲ ਨਹੀਂ ਹੋਇਆ ਤੁਹਾਡੇ ਢਿੱਡ ਪੀੜ ਕੀ ਹੁੰਦੀ ਹੈ ਕਿ ਭਗਵੰਤ ਮਾਨ ਸਾਡਾ ਜਿਹੜਾ ਮੁੱਖ ਮੰਤਰੀ ਹੈ ਸਿੱਖਿਆ ਮੰਤਰੀ ਜੇ ਕੋਈ ਉਪਰਾਲਾ ਕਰ ਰਹੇ ਨੇ ਪੰਜਾਬ ਨੂੰ ਸੁਧਾਰਨ ਦਾ ਰੰਗਲਾ ਪੰਜਾਬ ਬਣਾਉਣ ਦਾ ਤੁਹਾਡੇ ਢਿੱਡ ਪੀੜ ਹੁੰਦੀ ਹੈ ਤੁਸੀਂ 70 ਸਾਲਾਂ ਚ ਪੰਜਾਬ ਨੂੰ ਕੀ ਦਿੱਤਾ ਔਰ ਇੱਕ ਗੱਲ ਹੋਰ ਚੱਲ ਰਹੀ ਹੈ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਦੀ ਗੱਲ ਕੀਤੀ ਜਾਂਦੀ ਹੈ ਅੱਜ ਬੀਜੇਪੀ ਦੇ ਜਿਹੜੇ ਸਾਬਕਾ ਐਮਐਲਏ ਪਹਿਲਾਂ ਅਕਾਲੀ ਦਲ ਦੇ ਵਿੱਚ ਸੀਗੇ ਸਰੂਪ ਚੰਦ ਸਿੰਘ ਲਾਟੰਡਾ ਤੋਂ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਆਈ ਹੈ ਉਹ ਕਹਿੰਦੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਤਰੀਕੇ ਨਾਲ ਹੀ ਕੰਮ ਕਰ ਰਿਹਾ ਐਮਐਲਏ ਸਾਬਕਾ ਐਮਐਲਏ ਤੱਕ ਸੁਰੱਖਤ ਨਹੀਂ ਨੂੰ ਮਹਿਸੂਸ ਕਰਦੇ ਦੇਖੋ ਦੋ ਚੀਜ਼ਾਂ ਨੇ ਛੋਟੇ ਵੀਰ ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਬੜਾ ਬੜੀ ਵਧੀਆ ਗੱਲ ਹੈ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਹਰ ਇੱਕ ਸਰਕਾਰ ਜਦੋਂ ਚੱਲਦੀ ਹੁੰਦੀ ਸੀ ਗਰਾਉਂਡ ਲੈਵਲ ਤੇ ਗਰਾਉਂਡ ਜ਼ੀਰੋ ਲੈਵਲ ਤੇ ਜਾ ਕੇ ਸਾਰੀਆਂ ਚੀਜ਼ਾਂ ਨੂੰ ਬਰੀਕੀ ਨਾਲ ਕੋਕ ਕਰ ਰਹੇ ਆ ਕਿਸ ਟਾਈਮ ਪੰਜਾਬ ਦੇ ਹਾਲਾ ਠੀਕ ਸੀਗੇ ਹਾਲਾਤ ਤਾਂ ਪੰਜਾਬ ਦੇ ਬੇੜਾ ਪੱਠਾ ਤਾਂ ਇਹਨਾਂ ਲੋਕਾਂ ਨੇ ਅਕਾਲੀ ਦਾ ਬੀਜੇਪੀ ਵਾਲੇ ਨੇ ਬਟਾਇਆ ਰਹਿੰਦੀ ਖੁੰਦੀ ਕਿਸਾਰਾ ਕਾਂਗਰਸ ਵਾਲੇ ਨੇ ਕੱਢਦੀ ਸੀਐਮ ਸਾਹਿਬ ਕਦੀ ਅੱਜ ਤੱਕ ਆ ਕੈਪਟਨ ਅਮਰਿੰਦਰ ਸਿੰਘ ਦੇ ਹਾਲਾਤ ਤੁਸੀਂ ਦੇਖ ਲਓ ਆ 4 4.5 ਸਾਲ ਮੁੱਖ ਮੰਤਰੀ ਪੰਜਾਬ ਦਾ ਬਣਿਆ ਰਿਹਾ ਲੇਕਿਨ ਇੱਕ ਦਿਨ ਵੀ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਿਆ ਇਹ ਉਹ ਸਪੂਤ ਹੈ ਪੰਜਾਬ ਦਾ ਭਗਵੰਤ ਮਾਨ ਜਿਹੜਾ ਹਰ ਰੋਜ਼ ਫੀਲਡ ਚ ਇਲਾਕੇ ਚ ਆਪਣੇ ਹਰ ਜ਼ਿਲ੍ਹਿਆਂ ਚ ਜਾ ਜਾ ਕੇ ਲੋਕਾਂ ਨੂੰ ਆਪਣੀ ਆਮ ਆਦਮੀ ਪਾਰਟੀ ਦਾ ਵਿਜ਼ਨ ਕਲੀਅਰ ਕਰਦੇ ਨੇ ਕਿ ਅਸੀਂ ਪੰਜਾਬ ਵਸੇ ਰੰਗਲਾ ਪੰਜਾਬ ਬਣਾਉਣ ਲਈ ਸੋਹਣਾ ਪੰਜਾਬ ਬਣਾਉਣ ਲਈ ਅਸੀਂ ਕੀ ਕੁਝ ਕਰਨ ਜਾ ਰਹੇ ਹਾਂ ਮੈਂ ਤਾਂ ਤੁਹਾਡੇ ਪ੍ਰੈਸ ਵਾਲੇ ਵੀਰਾਂ ਦੇ ਚੈਨਲ ਦੇ ਥਰੂ ਬੇਨਤੀ ਕਰਨਾ ਚਾਹੁੰਦਾ ਯਾਰ ਤੁਸੀਂ ਦੇਖੋ 60 60 70 ਸਾਲ ਇਹਨਾਂ ਲੋਕਾਂ ਦੀ ਕਾਰਗੁਜ਼ਾਰੀ ਦੇਖੀ ਆ 34 ਸਾਲ ਵੀ ਨਹੀਂ ਹੋਇਆ ਆ ਜਰੂਰ ਸਾਨੂੰ ਪੁੱਛਿਓ ਜਦੋਂ 4 ਸਾਲ ਨਿਭੜ ਗਏ ਫਿਰ ਦੱਸਿਓ ਪਰ ਜਿਹੜੇ ਪਰ ਪਰ ਜਿਹੜੇ ਰੰਦਾਵਾਸਾ ਉਹ ਲਾਅ ਐਂਡ ਆਰਡਰ ਨੂੰ ਲੈ ਕੇ ਬੀਜੇਪੀ ਦੀ ਲੋਕ ਗੱਲ ਕਰ ਰਹੀ ਕਿ ਸਾਡੇ ਸਾਬਕਾ ਐਮਐਲਏ ਤੱਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਦੇਖੋ ਗੱਲ ਇਹ ਬਿਲਕੁਲ ਬੇਬੁਨਿਆਦੀ ਗੱਲਾਂ ਹੈਗੀਆਂ ਨੇ ਇਹਨਾਂ ਦੇ ਟਾਈਮ ਦੇ ਵਿੱਚ ਵੀ ਇਹ ਸਾਰਾ ਕੁਝ ਚੱਲਦਾ ਰਿਹਾ ਅਗਰ ਸਾਡੇ ਟਾਈਮ 'ਚ ਇਹੋ ਜਿਹਾ ਕੁਝ ਨਹੀਂ ਸਾਡੇ ਟਾਈਮ 'ਚ ਕਿਤੇ ਗੁੰਡਾਗਰਦੀ ਨਹੀਂ ਹੁੰਦੀ ਕਿਤੇ ਗੈਂਗਸਟਰ ਵਾਰ ਨੂੰ ਵਾਦਾ ਨਹੀਂ ਦਿੱਤਾ ਜਾਂਦਾ ਸਾਡੀ ਸਰਕਾਰ ਸਖਤ ਹੈ ਅਗਰ ਇਹਨਾਂ ਦੇ ਵੀ ਕਿਸੇ ਐਮਐਲਏ ਨੂੰ ਇਹੋ ਜਿਹੀ ਥ੍ਰੈਟਿੰਗ ਆਉਂਦੀ ਆ ਤੇ ਜਾ ਕੇ ਮੂਵ ਕਰਨ ਨੇੜੇ ਦੇ ਥਾਣੇ ਗੱਲ ਕਰਨ ਆਪਣੇ ਐਸਐਸਪੀ ਨੂੰ ਮਿਲ ਡੀਸੀ ਨੂੰ ਮਿਲ ਕਿਉਂਕਿ ਸਾਡੇ ਭਾਰਤ ਦੇ ਡੇਰਾ ਬਸਿਹਰਕੇ ਦੇ ਨਹੀਂ ਉਹ ਪੰਜਾਬ ਦੇ ਪਛਿੰਦੇ ਆ ਪ ਜਾ ਕੇ ਆਪਣੀ ਸ਼ਿਕਾਇਤ ਕਰ ਸਕਦੇ ਔਰ ਇਹਨਾਂ ਨੂੰ ਉੱਥੇ ਇਨਸਾਫ ਮਿਲੇਗਾ ਐਵੇਂ ਬਿਨਾਂ ਵਜ੍ਹਾ ਬੇਤੁਕੀਆਂ ਹਵਾਈ ਫੈਰ ਕਰਨੇ ਮੈਨੂੰ ਤਾਂ ਗੱਲ ਐਚੀ ਨਹੀਂ ਲੱਗੇ ਦੂਜੇ ਪਾਸੇ ਡੇ ਅਠੀ ਦੇਜ ਕੀ ਹੈ ਜਿਹਦੇ ਤੇ ਉੱਤੇ ਬਲਾਤਕਾਰ ਦੇ ਕੇਸ ਹੁਣ ਕਤਲ ਦੇ ਕੇਸ ਨੇ ਛੋਟੇ ਵੀਰ ਗੱਲ ਇਹ ਆ ਇਹ ਪੰਜਾਬ ਦੀ ਪੋਲਿਟਿਕਸ ਆ ਇਹਦਾ ਕੁਛ ਨਹੀਂ ਪਤਾ ਲੱਗਦਾ ਮੈਂ ਤਾਂ ਜਰੂਰ ਇੱਕ ਹੀ ਗੱਲ ਕਹਿ ਕੇ ਆਪਣੀ ਗੱਲ ਬੰਦ ਕਰਾਂਗਾ ਕਿ ਅੱਜ 60 70 ਸਾਲਾਂ ਬਾਅਦ ਪੰਜਾਬ ਦੇ ਹਾਲਾਤ ਸੁਧਰਨੇ ਸ਼ੁਰੂ ਹੋਏ ਆ ਮੈਂ ਤਾਂ ਇਹਨਾਂ ਰਾਜਨੀਤਿਕ ਖੋਤੀ ਪਾਰਟੀਆਂ ਦੇ ਆਗੂਆਂ ਨੂੰ ਕਾਂਗਰਸ ਅਕਾਲੀ ਦਲ ਔਰ ਬੀਜੇਪੀ ਵਾਲੇ ਨੂੰ ਕਹਿਣਾ ਜਿੱਤੇ ਤੁਸੀਂ 60 ਸਾਲ ਇਸ ਸਤਾ ਦਾ ਆਨੰਦ ਲਿਆ ਕੀ ਗੱਲ ਹੁਣ ਤੁਹਾਡੇ ਢਿੱਡ ਪੀੜ ਹੁੰਦੀ ਹੈ ਹਾਲੇ ਤਾਂ ਸਾਲ ਵੀ ਪੂਰਾ ਨਹੀਂ ਹੋਇਆ ਸਾਨੂੰ ਕੰਮ ਕਰਨ ਦਿਓ ਤੁਹਾਨੂੰ ਦੇਾਂਗੇ ਅਸੀਂ 5 ਸਾਲ ਬਾਅਦ ਅਸਾਬੀ ਸੀ ਕੀਤਾ ਕੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮਚ ਗੱਲਬਾਤ ਕਰ ਰਹੇ ਸੀਗੇ ਰੰਧਾਵਾ ਸਾਹਿਬ ਦੇ ਨਾਲ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਹਾਲੇ ਤੱਕ ਥੋੜਾ ਸਮਾਂ ਦੇਵੇ ਔਰ ਸਰਕਾਰ ਜ਼ਰੂਰ ਕੁਝ ਨਾ ਕੁਝ ਕਰੇਗੀ ਜਿਸ ਦੇ ਨਾਲ ਪੰਜਾਬ ਦੇ ਹਾਲਾਤਾਂ ਨੂੰ ਹੋਰ ਸੁਧਾਰਿਆ ਜਾ ਸਕੇ ਕੈਮਰਾਮੈਨ ਅਮੇ ਦੇ ਨਾਲ ਰੋਹਿਤ ਪੱਕਾ এবੀਪੀ ਸੰਝਾ ਚੰਡੀਗੜ੍ਹ